के अंदर गेड़े के उठ कश्मीरी कश्मीरी सब फेल है सामने। ਲਾਈ ਭਾਜੀ ਨਾਲ ਹੀ ਪਹੁੰਚ ਗਏ ਹਾਂ ਹੋਟਲ ਡਰਾਈ ਜਿਹੜਾ ਜਲੰਧਰ 'ਚ ਨਾ ਬਹੁਤ ਮਸ਼ਹੂਰ ਆ ਅਤੇ ਭਾਜੀ ਨੇ ਨਵਾਂ ਓਪਨ ਕੀਤਾ ਆ ਜਲੰਧਰ ਦੇ ਵਿੱਚ ਇੱਕ ਹੋਰ ਅਤੇ ਭਾਜੀ ਬਹੁਤ 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 ਵਧਾਈਆਂ ਹੈ। ਲੈ ਵੀ ਆਹ ਜਿਹੜਾ ਸਾਹਮਣੇ ਤੁਸੀਂ ਘਰ ਵੇਖਣ ਦੇ ਨਾ ਇਹ ਆਪਣੇ ਕ੍ਰਿਕਟਰ ਹਰਭਜਨ ਸਿੰਘ ਦਾ ਘਰ ਆ ਅਤੇ ਇਸ ਟਾਈਮ ਹਰਭਜਨ ਸਿੰਘ ਜੀ ਵੀ ਆਏ ਹੋਏ ਆ ਕਿਉਂਕਿ ਬਾਹਰ ਨਾ ਗੱਡੀਆਂ ਲੱਗੀਆਂ ਆ ਪੁਲਿਸ ਦੀਆਂ 0085 ਆ ਭਾਜੀ ਸਾਰੀਆਂ ਗੱਡੀਆਂ ਦੇ ਨੰਬਰ। ਵੈਲਕਮ ਸਾਰਿਆਂ ਦਾ ਅੱਜ ਫੇਰ ਤੁਹਾਡਾ ਅਤੇ ਥਾਰ ਨੂੰ ਹੀ ਸ਼ਹਿਰ ਲੈ ਕੇ ਆਏ ਹਾਂ ਅੱਗੇ ਉਹ ਉੱਥੇ ਖੜ੍ਹੇ ਸੀਗੇ ਇਹ ਹੁਣ ਹਰਭਜਨ ਸਿੰਘ ਦੇ ਘਰ ਦੀ ਬੈਕ ਸਾਈਡ 'ਤੇ ਅਸੀਂ ਖੜ੍ਹੇ ਹਾਂ। ਬਾਕੀ ਨਾ ਇੱਕ ਤੁਹਾਨੂੰ ਨਾ ਸਪੈਸ਼ਲ ਸਰਪ੍ਰਾਈਜ਼ ਦੇਣਾ ਆ ਉਸੇ ਕਰਕੇ ਅਸੀਂ ਸ਼ਹਿਰ ਨੂੰ ਅੱਜ ਆਏ ਹਾਂ ਕਿ ਸ਼ੋਪਿੰਗ ਕਰਨੀ ਆ ਮੈਂ ਇੱਕ ਮੇਰੇ ਵਾਲ ਬਹੁਤ ਵੱਡੇ ਹੋ ਗਏ ਸੀਗੇ ਕਟਿੰਗ ਕਰਾਉਣੀ ਆ ਪਹਿਲਾਂ ਮੈਂ ਛੋਟੇ ਛੋਟੇ ਵਾਲ ਰੱਖਦਾ ਹੁੰਦਾ ਸੀਗਾ ਅੱਜ ਵੱਡੇ ਵੱਡੇ ਕਰਾ ਦੇਣੇ ਆ ਜਿਹੜੀ ਕਟਿੰਗ ਕਰਾਉਣੀ ਆ ਨਾ ਵੀ ਸਪੈਸ਼ਲ ਕਰਾਉਣੀ ਆ ਉਹ ਤੋਂ ਪਹਿਲਾਂ ਜਿਹੜਾ ਸਰਪ੍ਰਾਈਜ਼ ਦੇਣਾ ਨਾ ਉਹਦਾ ਇੱਕ ਛੋਟਾ ਜਿਹਾ ਅੱਜ ਕੰਮ ਆ ਸਾਨੂੰ ਉਹ ਵੀ ਅੱਜ ਨਿਬੇੜਨਾ ਆ ਅੱਜ ਹੈਗਾ ਆ ਸੰਡੇ ਸੰਡੇ ਵਾਲੇ ਦਿਨ ਵੀਡੀਓ ਸ਼ੂਟ ਕਰਨ ਦਿਆ ਆ ਗੱਡੀਆਂ ਜਿਹੜੀਆਂ ਵੇਖ ਕੇ ਆਏ ਆ ਨਾ ਉਹਨਾਂ ਦੇ ਮੈਂ ਤੁਹਾਡੇ ਜਿਹੜੇ ਤੁਸੀਂ ਕਮੈਂਟ ਕੀਤੇ ਸੀ ਸਾਰੇ ਰੀਡ ਕੀਤੇ ਕਮੈਂਟ ਬਹੁਤ ਵਧੀਆ ਵਧੀਆ ਆਏ ਸੀ ਕਈਆਂ ਨੇ ਕੰਗ੍ਰੈਚੁਲੇਸ਼ਨ ਕਹਿਤਾ ਪਹਿਲਾਂ ਹੀ ਵੀ ਗੱਡੀ ਲੈ ਲਈ ਹੈ ਕਦੇ ਵੀਡੀਓ ਮਤਲਬ ਇਹਦਾ ਪੂਰੀ ਨਹੀਂ ਦੇਖਦੇ ਤੁਸੀਂ ਯਾਰ ਵੀਡੀਓ ਪੂਰੀ ਵੇਖਿਆ ਕਰੋ ਕਈਆਂ ਨੇ ਅੱਧੀ ਵੀਡੀਓ ਵੇਖੀ ਸਿੱਧਾ ਹੀ ਲਿਖ ਦਿੱਤਾ ਵੀ ਵਧਾਈਆਂ ਹੁਣ ਭਾਜੀ ਗੱਡੀ ਲੈ ਆਉਂਦੀ ਆ ਕਈਆਂ ਨੇ ਉਹ ਵੀ ਨਹੀਂ ਪਤਾ ਕਈਆਂ ਨੂੰ ਇਹ ਸੀਗਾ ਵੀ ਸ਼ਾਇਦ ਮੈਂ ਉਹ ਟਾਟਾ ਪੰਚ ਮੈਂ ਆਪਣੇ ਲਈ ਲੈਣ ਲੱਗਾ ਮੈਂ ਆਪਣੇ ਲਈ ਨਹੀਂ ਲੈਣੀ ਚਲੋ ਮੰਨ ਲਓ ਮੈਂ ਆਪਣੇ ਲਈ ਵੀ ਲੈਣੀ ਆ ਪਰ ਉਹ ਲੈਣੀ ਆ ਸਿਟੀ 'ਚ ਘੁੰਮਣ ਲਈ ਕਿਉਂਕਿ ਸਿਟੀ 'ਚ ਤੁਹਾਨੂੰ ਪਤਾ ਵੱਡੀ ਗੱਡੀ ਜੇ ਕੱਢੀਏ ਇੱਕ ਤਾਂ ਤੇਲ ਜ਼ਿਆਦਾ ਫੂਕਦੀ ਆ ਫਿਰ ਛੋਟੇ ਛੋਟੇ ਕਈ ਵਾਰੀ ਥਾਵਾਂ 'ਚੋਂ ਲੰਘਾਉਣੀ ਪੈਂਦੀ ਫਿਰ ਔਖਾ ਹੋ ਜਾਂਦਾ ਤਾਂ ਕਰਕੇ ਉਹ ਛੋਟੀ ਗੱਡੀ ਦੇਖਣ ਦੇ ਸੀਗੇ ਅਤੇ ਦੂਜਾ ਉਹ ਆਪਣੀ ਵਾਈਫ ਲਈ ਵੀ ਵੇਖਣ ਦਾ ਹੈਗਾ ਮੈਂ ਦੋ ਤਿੰਨ ਕਾਰਨਾਂ ਕਰਕੇ ਉਹ ਪੰਚ ਆਪਾਂ ਦੇਖੀ ਸੀਗੀ ਅਤੇ ਜਿਹੜੀ ਆਪਾਂ ਦੇਖੀਆਂ ਆਪਣਾ ਪਿਟਾਰਾ ਬਰੀਜਾ ਦੇਖੀ ਉਹ ਤਾਂ ਬਾਹਲੀ ਬੰਬ ਕੱਢੀ ਯਾਰ ਐਵਰੇਜ ਬਹੁਤ ਆ ਬਾਕੀ ਉਹ ਨਵੀਆਂ ਲਾਂਚ ਹੋਈਆਂ ਹਜੇ ਉਹਨਾਂ ਦਾ ਪਤਾ ਕੋਈ ਨਹੀਂ ਕੀ ਹੋਣਾ ਕੀ ਨਹੀਂ ਅਤੇ ਪਹਿਲਾਂ ਜਿਹੜਾ ਸਰਪ੍ਰਾਈਜ਼ ਆ ਨਾ ਪਹਿਲਾਂ ਉਹ ਜਿਹੜਾ ਆਪਾਂ ਉਹਦਾ ਅੱਜ ਕੰਮ ਨਿਬੇੜਨਾ ਆਪਾਂ ਸਾਰਾ ਇਹ ਤੁਹਾਨੂੰ ਸਰਪ੍ਰਾਈਜ਼ ਦਿੰਦੇ ਹਾਂ ਬਾਕੀ ਨਾ ਵੀਡੀਓ ਦੇ ਵਿੱਚ ਮੈਂ ਜਿਹੜਾ ਸਰਪ੍ਰਾਈਜ਼ ਤੁਹਾਨੂੰ ਦੇਣਾ ਆ ਉਹਦਾ ਹਿੰਟ ਦਊਂਗਾ ਜ਼ਰੂਰ ਅਤੇ ਜੇ ਤੁਸੀਂ ਉਹ ਹਿੰਟ ਪਹਿਲਾਂ ਹੀ ਦੇਖਣਾ ਆ ਤਾਂ ਮੈਂ ਇੰਸਟਾਗ੍ਰਾਮ 'ਤੇ ਨਾ ਛੋਟੇ ਛੋਟੇ ਤਿੰਨ ਚਾਰ ਵੀਡੀਓ ਵਿੱਚ ਹਿੰਟ ਦਿੱਤੇ ਆ ਬਾਕੀ ਇਹ ਵੀਡੀਓ 'ਚ ਮੈਂ ਹਿੰਟ ਜ਼ਰੂਰ ਦਊਂਗਾ ਉਹ ਸਰਪ੍ਰਾਈਜ਼ ਕਿਹੜਾ ਸਰਪ੍ਰਾਈਜ਼ ਬਹੁਤ ਵੱਡਾ ਆ ਬਾਹਲਾ ਹੀ ਵੱਡਾ ਸਰਪ੍ਰਾਈਜ਼ ਆ ਅਤੇ ਹੁਣ ਪਹਿਲੇ ਸਭ ਤੋਂ ਨਾ ਕਟਿੰਗ ਕਰਾਉਣ ਚੱਲੀ ਗੱਲ ਆਪਣਾ ਜਹਾਜ਼ ਇੱਧਰ ਦੂਜਾ ਜਹਾਜ਼ ਬੰਦ ਹੋ ਗਿਆ ਕਿੰਨਾ ਨੰਬਰ ਲੱਗਦਾ ਜੀ ਦੋ ਨੰਬਰ ਥੱਲੇ ਭੁੱਲਦਾ ਆਪਣਾ ਥੱਲੇ ਲੈ ਗਿਆ ਜਾਂਦੀ ਦੂਜੀ ਮੰਜ਼ਿਲ ਤੇ ਆ ਗਿਆ ਹੋਣਾ ਵਲੋਗਿੰਗ ਕੀਤੀ ਕੈਮਰਾ ਤੇ ਨਹੀਂ ਲੱਗਾ ਗੱਡੀ ਚਲਾਉਂਦੇ 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 ਹੈ ਨਾ ਉਹਨੂੰ ਹਨੇਰਾ ਹੋ ਗਿਆ ਅਤੇ ਹੁਣ ਆਪਾਂ ਭਾਜੀ ਕੋਲ ਚੱਲਦੇ ਹਾਂ ਥੋੜ੍ਹਾ ਜਿਹਾ ਸ਼ੋਪਿੰਗ ਕਰਨੀ ਸੀ ਸਮਾਨ ਲੈਣਾ ਸੀਗਾ ਅਤੇ ਥੋੜ੍ਹਾ ਜਿਹਾ ਮੈਂ ਮੰਗਵਾਇਆ ਵੀ ਸੀਗਾ ਉਹਨਾਂ ਦੀ ਸ਼ੋਪ ਕੋਲ ਪਹੁੰਚ ਗਏ ਹਾਂ ਮੈਂ ਵੀ ਭਾਜੀ ਕੋਲ ਪਹੁੰਚ ਗਏ ਹਾਂ ਸ਼ੋਪਿੰਗ ਲੱਗੇ ਹਾਂ ਕਰਨ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਕਿੰਨੀ ਦੇਰ ਬਾਅਦ ਪਤਾ ਨਹੀਂ ਭਾਜੀ ਨੇ ਨਾ ਨਵਾਂ ਲਿਆਂਦਾ ਸਾਰਾ ਕੁਛ ਉਹ ਚੈੱਕ ਕਰਨ ਦਿਆ ਸੀਗਾ ਆਹ ਚੈੱਕ ਕਰੋ ਹੈ ਕੀ ਕਹਿੰਦਾ ਘੈਂਟ ਐਵੇਂ ਤਾਂ ਨਾ ਹੁਣ ਪਾ ਕੇ ਵਿਖਾਉਂਦਾ ਮੈਂ ਤਾਂ ਉੱਦਾਂ ਕੱਪੜੇ ਸਾਰੇ ਫਿਰੋਜੀ ਪਾਏ ਆ ਥੱਲੇ ਬੂਟ ਵੀ ਪਜਾਮਾ ਟੀ ਸ਼ਰਟ ਵੀ ਕੈਪ ਵੀ ਇਹ ਲੇਡੀਜ਼ ਆ ਭਾਜੀ ਯੂਨੀਸੈਕਸ ਹੁੰਦੀ ਭਾਜੀ ਅੱਛਾ ਰੂਮ ਜੀ ਹੋਇਆ ਨਾ ਬਹੁਤ ਵਰਾਇਟੀ ਲੈ ਕੇ ਆਏ ਭਾਜੀ ਘੈਂਟ ਘੈਂਟ ਚੀਜ਼ਾਂ ਚੈੱਕ ਕਰੋ ਪਿੱਛੇ ਹੋਏ 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 ਇਹ ਥੋੜਾ ਹੋਰ ਠੰਡਾ ਹੁੰਦਾ ਇਸ ਤੋਂ ਪਿਛਲਾ ਕਲਰ ਦੇਖੋ ਇਹ ਇੱਕ ਹੋਰ ਹਲੋ ਓਹ ਦਿੱਲੀ ਮਾਸੀ ਸੁਣਾ ਨਾ ਹਾਂ ਆਹ ਵਾਲਾ ਪਾ ਕੇ ਦੇਖੋ ਇਹਨੂੰ ਦਾ ਸਾਬ ਬਹੁਤ ਸੋਹਣਾ ਲੱਗਾ ਆਹਾ ਹਾਂ ਅਭੀ ਓਕੇ ਹੈ ਭਾਜੀ ਯਾਰ
ਅਭੀ ਦੇਖ ਲੋ ਤੈਨੂੰ ਚੰਗੇ ਟਾਈਮ ਤੇ ਛਾਪਾ ਮਾਰਤਾ ਭਾਜੀ ਅਸੀਂ ਓਏ ਹੋਏ ਤਿੰਨੇ ਹੀ ਚੀਜ਼ਾਂ ਘੈਂਟ ਆ ਬਈ ਅਭੀ ਫੜੀ ਮੜੀ ਜੀ ਇਹ ਅਭੀ ਸਹੀ ਅਭੀ ਸਹੀ ਇਹ ਵੀ ਸਹੀ ਦਰਸ਼ਕਾਂ ਨੂੰ ਵੀ ਦਰਸ਼ਕਾਂ ਨੇ ਪਾਉਣੇ ਤੇ ਮੈਂ ਕਿਹੜਾ ਆਹ ਸੀ ਆਹ ਖੋਲੀ ਆਹ ਪਾ ਕੇ ਦੇਖ ਲਓ ਰੰਗ ਨਾਲੋਂ ਆਹ ਰੰਗ ਵਧੀਆ ਆ ਚਿੱਟੇ ਨਾ ਉੱਠਣੀ ਚਿੱਟੇ ਨਾ ਉੱਠਣੀ ਕਿਤਾਬ ਹੋਣ ਲੱਗਾ ਜੀ ਵਧੀਆ ਲੱਗਦਾ ਨਹੀਂ ਸੋਹਣਾ ਲੱਗਦਾ ਇਹਨਾਂ ਕਾਲੇ ਨਾਲ ਹੋਰ ਸੋਹਣਾ ਲੱਗਣਾ ਕਾਲੇ ਪਜਾਮੇ ਨਾਲ ਜਨਤਾ ਨੇ ਹਜੇ ਲੈਣੇ ਆਪਾਂ ਪਹਿਲੀ ਲੈਣੇ ਨਹੀਂ ਮਤਲਬ ਅਗਲੇ ਮਹੀਨੇ ਪੈਣਾ ਇਹ ਪਤਾ ਨਹੀਂ ਲੱਗਦਾ ਵਿੱਚ ਨਵੀਂ ਲੁੱਕ ਹੀ ਕੁਛ ਪਤਾ ਲੱਗਦਾ ਨਵੀਂ ਲੁੱਕ ਡਿਜ਼ਾਈਨ ਕੀਤੀ ਆ ਉੱਥੇ ਇੰਨਾ ਚਿਰ ਟਾਈਮ ਲੱਗ ਗਿਆ ਬਾਕੀ ਮੈਂ ਹੋਰ ਕੱਢ ਲਵਾਂ ਵਧੀਆ ਵਧੀਆ ਛੋਟੀ ਕੱਪੜਾ ਬਹੁਤ ਯਾਰ ਸੌਫਟ ਜਿਹਾ ਇਹ ਵੀ ਐਲੀ ਹੈ ਇਹ ਛੋਟੀ ਹੈ ਬਹੁਤ ਛੋਟੀ ਹੈ ਇਹਨੂੰ ਆਣੀ ਭਾਈ ਨੂੰ ਅੱਜ ਸਾਰੇ ਕਲਰ ਵੱਖਰੇ ਦਿਨੇ ਸਾਰੇ ਵੱਖਰੇ ਭਾਈ ਨੇ ਚੁਣ ਚੁਣ ਕੇ ਲਿਆਂਦੇ ਬਹੁਤ ਦਿਖਾਵਾਂ ਰੰਗ ਦਿਖਾ ਦਈਏ ਕਿ ਦਿਖਾ ਦਿਓ ਉਹ ਬੈਕ ਵਾਲਾ ਗੱਡਰ ਵਾਲਾ ਹੀ ਗੱਡਰ ਰੰਗ ਕੱਢੀ ਜਾਂਦਾ ਇੱਧਰ ਆ ਵੀ ਖੋਲਿਓ ਭਾਈ ਸੁਣਾ ਇੱਕ ਜਿਹੜਾ ਨਵਾਂ ਟ੍ਰਿਪ ਜਾਣਾ ਨਾ ਉਹਦੇ ਲਈ ਕਲੈਕਸ਼ਨ ਇਕੱਠੀ ਕਰਦੇ ਹਾਂ ਅਲੱਗ ਜਿਹਾ ਕਲਰ ਆ ਸਾਰੇ ਅਲੱਗ ਦੇਣੇ ਤਾਂ ਭਾਜੀ ਨੂੰ ਸਾਰੇ ਕਲਰ ਕਿੱਦਾਂ ਭਾਜੀ ਤੁਹਾਡੀ ਲੈਂਗੁਏਜ ਖੜਵੇਂ ਖੜਵੇਂ ਅੱਤ ਕਹਿ ਲਓ ਭਾਈ ਨੇ ਮੇਰੀ ਵਾਲੀ ਟੀ ਸ਼ਰਟ ਵੀ ਪਾਈ ਹੋਈ ਮੈਂ ਵੀ ਇਹ ਪਾਉਂਦਾ ਹੁੰਦਾ ਭਾਈ ਜਿਹੜੇ ਕੱਪੜੇ ਮੈਂ ਲੈਂਦਾ ਨਾ ਉਹ ਚੋਂ 20% 30% ਲੈ ਲੈਂਦੇ ਉਹ ਨਾਲੇ ਮਿਲਦੇ ਇੱਕ ਉੱਪਰ ਆਪਣਾ ਫਾਈਨਲ ਕਿਹੜਾ ਹਾਂ ਉਹ ਫਾਈਨਲ ਮੈਂ ਵੀ ਇਹ ਵੱਡਾ ਸਹੀ ਪਾਉਂਦਾ ਉਹ ਦਿਖਾਉਂਦੇ ਬਾਅਦ ਵਿੱਚ ਆ ਵੀ ਠੀਕ ਆ ਹਨਾ ਲਾਲ ਵੀ ਬਹੁਤ ਖੜੇ ਜਾਂ ਹੋਰ ਦਿਖਾਉਂਦਾ ਮੈਂ ਤੁਹਾਨੂੰ ਯਾਰ ਇੱਕ ਵਾਰੀ ਮੈਂ ਝਲਕ ਜੀ ਮੈਨੂੰ ਆਵਾਜ਼ ਦਿੰਦਾ ਹੈ ਨਾ ਆਹ ਤਾਂ ਆ ਗਏ ਨੋਰਮਲ ਜਿਹੜੇ ਇਹ ਜਿਮ ਵਗੈਰਾ ਲਈ ਆ ਨਾ ਭਾਜੀ ਫਿੱਕੇ ਫਿੱਕੇ ਜੇ ਕਦਰ ਆਏ ਸਾਰੇ ਹੈ ਨਾ ਜਿਹੜੀ ਆਹ ਭਾਜੀ ਇੱਦਾਂ ਨਹੀਂ ਨਾ ਦਿਸਣੀ ਆ ਆਹ ਵੀ ਰੰਗ ਵਧੀਆ ਯਾਰ ਹਰਾ ਅੱਛਾ ਇਹ ਮੂਸੇ ਵਾਲੀ ਹਾਂ ਵੇਖੀ ਮੈਂ ਵੀਡੀਓ ਦੇ ਵਿੱਚ
ਉਹੀ ਆ ਇਹਦੀ ਵੀਡੀਓ ਵੀ ਇਹ ਵੀ ਕੋਈ ਲਿਜਾ ਸਕਦਾ ਆ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਭਾਈ ਨੇ ਲਿਆਂਦੇ ਆ ਉਹ ਵੀ ਕੱਪੜੇ ਜਿਹੜੇ ਉਹ ਪਾਉਂਦਾ ਹੁੰਦਾ ਸੀਗਾ ਉਹ ਵੀ ਭਾਈ ਨੇ ਰੱਖੇ ਲਿਆ ਕੇ ਬਾਕੀ ਭਾਈ ਨੇ ਯਾਰ ਐਰਕੀ ਕਲੈਕਸ਼ਨ ਜਿਹੜੀ ਲਿਆਂਦੀ ਨਾ ਉਹ ਬੜੀ ਸੌਫਟ ਆ ਫੜ ਕੇ ਦੇਖੋ ਜਿੱਦਾਂ ਉਹ ਨਹੀਂ ਹੁੰਦੇ ਕੰਬਲ ਨਹੀਂ ਹੁੰਦੇ ਸਿਆਲਾਂ ਵਾਲੇ ਸੌਫਟ ਐਤਕੀ ਹੱਥ ਪੂਰੀ ਕਰਾਈ ਭਾਈ ਨੇ ਜਿੰਨੇ ਵੀ ਮੈਂ ਕੱਢੇ ਆ ਨਾ ਇੱਥੇ ਸਾਰੇ ਨਾ ਅਲੱਗ ਹੀ ਆ ਆਹ ਹੋ ਗਿਆ ਆਹ ਹੋ ਗਿਆ ਆਹ ਰੈੱਡ ਇਹਦਾ ਨਾਈਕੀ ਇੱਥੋਂ ਜਾ ਕੇ ਪਿੱਛੇ ਖਤਮ ਹੁੰਦਾ ਜੀ ਮਤਲਬ ਇੱਥੇ ਖਤਮ ਹੁੰਦਾ ਨਾ ਸ਼ੋਲਡਰ ਪਿੱਛੇ ਵੀ ਲੱਗੇ ਬੜਾ ਮੈਂ ਅਮਰੀਕਾ ਜਾਣਾ ਨਾ ਫਿਰ ਮੈਂ ਉੱਥੇ ਪਾ ਕੇ ਜਾਊਂਗਾ ਠੰਡੇ ਇਲਾਕੇ ਜਿਹੜੀ ਤੁਸੀਂ ਉਹ ਲਈ ਸੀ ਬਰਾਊਨ ਕਲਰ ਵਾਲੀ ਟਾਈਟ ਹੀ ਦਿੰਦੇ ਕੰਮ ਆਈ ਲਦਾਖ ਦਾ ਬਹੁਤ ਵਧੀਆ ਵੀ ਮੁਲਾਇਮ ਆ ਰੰਗ ਬਹੁਤ ਖਰੇ ਸਿੰਗਰ ਸੁੰਗਰ ਇੱਦਾਂ ਦੇ ਪਾਉਂਦੇ ਹਨਾ ਹੈ ਹੈਗਾ ਸੋਹਣਾ ਲੱਗਦਾ ਵਧੀਆ ਆ ਬੂਟੀ ਉੱਦਾਂ ਦੇ ਇਹਨਾਂ ਨਾਲ ਸਾਰੇ ਚੀਜ਼ਾਂ ਜੱਚ ਜਾਂਦੀਆਂ ਹਨਾ ਡੇਢ ਸਕਦੇ ਹਾਂ ਸ਼ਕਤੀਮਾਨ ਇਹ ਹੈਗਾ ਐਨਆਰਆਈ ਨੇ ਹੁਣ ਆਉਣਾ ਨਾ ਆਪਣੇ ਤਾਂ ਜਿਹਦੇ ਮੌਸਮ ਹੋ ਹੀ ਗਿਆ ਚੇਂਜ ਇੱਕ ਤਰ੍ਹਾਂ ਦਾ ਮਹੀਨੇ ਤੱਕ ਪੂਰਾ ਹੋ ਜਾਣਾ ਵੀ ਆਪਣੀ ਸ਼ੋਪਿੰਗ ਕੰਪਲੀਟ ਹੋ ਗਈ ਆ ਸਾਰਾ ਕੁਝ ਲੈ ਲਿਆ ਆਪਾਂ ਨੂੰ ਦਿਖਾਉਣਾ ਨਹੀਂ ਆ ਦਿਖਾਉਣਾ ਤੁਹਾਨੂੰ ਤਾਂ ਆ ਵੀ ਸਾਰੀਆਂ ਵੀਡੀਓ ਵੇਖੋਗੇ ਤਾਂ ਆਪੇ ਜਿਹੜੇ ਮੈਂ ਪਾਇਆ ਕਰਨੇ ਤੁਹਾਨੂੰ ਪਤਾ ਲੱਗ ਜਾ ਕਰਨਾ ਹੈ ਨਾ ਇੱਦਾਂ ਨਹੀਂ ਇੱਦਾਂ ਤੁਸੀਂ ਇੱਥੇ ਆ ਕੇ ਸ਼ੋਪਿੰਗ ਕਰੋ ਹੈ ਨਾ ਭਾਜੀ ਇੰਨੀਆਂ ਗਾਟਰ ਗਾਟਰ ਚੀਜ਼ਾਂ ਆਈਆਂ ਆ ਮੇਰੇ ਕੋਲ ਤਾਂ ਪੈਸੇ ਘੱਟ ਸੀਗੇ ਤਾਂ ਮੈਂ ਘੱਟ ਲੈ ਕੇ ਚੱਲਾਂ ਨਹੀਂ ਤਾਂ ਮੈਂ ਕਿੰਨਾ ਕੁ ਲੈ ਜਾਣਾ ਸੀ ਬਾਕੀ ਇੱਥੇ ਢੇਰ ਲਾਇਆ ਆ ਹੁਣ ਇਹ ਲੱਗੇ ਆ ਭਾਜੀ ਬੈਗ 'ਚ ਪਾਉਣ ਅਤੇ ਜਾਣਾ ਭਾਜੀ ਅਤੇ ਚੱਲੇ ਅਸੀਂ ਮਾੜਾ ਜਿਹਾ ਖਾਣ ਪੀਣ ਚੱਲੇ ਹੁਣ ਤੁਹਾਨੂੰ ਪਤਾ ਹੀ ਆ ਭਾਜੀ ਨਾ ਜਦੋਂ ਹੁੰਦਾ ਮੈਂ ਖਾਣ ਪੀਣ ਤੋਂ ਜਾਈਦਾ ਜੀ ਉਹ ਦੂਆ ਖਾਣ ਪੀਣ ਨਾਲ ਨਾ ਨਹੀਂ ਉੱਦਾਂ ਕਈ ਨਵੇਂ ਵੀ ਜੁੜਦੇ ਨਾ ਹੁੰਦੇ ਉਹ ਕਹਿੰਦੇ ਖਰੇ ਜੱਗ ਛੱਗ ਵਾਲੇ ਹੈ ਨਾ ਨਾਲ ਅੱਜ ਆਪਣੇ ਪ੍ਰਧਾਨ ਸਾਹਿਬ ਵੀ ਆਏ ਆ ਸਲਿੰਪੁਰ ਦੇ ਸਰਪੰਚ ਸਾਹਿਬ ਵੀ ਵੈਸੇ
ਰਵੀ ਭਾਅ ਜੀ ਨਾਲ ਅਸੀਂ ਪਹੁੰਚ ਗਏ ਹਾਂ ਹੋਟ ਡਰਾਈਵ ਜਿਹੜਾ ਜਲੰਧਰ 'ਚ ਨਾ ਬਹੁਤ ਮਸ਼ਹੂਰ ਆ ਅਤੇ ਭਾਅ ਜੀ ਨੇ ਨਵਾਂ ਓਪਨ ਕੀਤਾ ਆ ਜਲੰਧਰ ਦੇ ਵਿੱਚ ਇੱਕ ਹੋਰ ਅਤੇ ਭਾਅ ਜੀ ਬਹੁਤ 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 ਵਧਾਈਆਂ ਹੈ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਅਤੇ ਸੋਰੀ ਉਹਦੇ ਲਈ ਹੈ ਅਤੇ ਹੁਣ ਟੈਸਟ ਕਰਨ ਲੱਗੇ ਅਸੀਂ ਹਾਂ ਹਾਂ ਮੈਂ ਟੂਰ 'ਤੇ ਗਿਆ ਸੀ ਚਲੋ ਹੁਣ ਅਸੀਂ ਟੈਸਟ ਕਰ ਲਾਂਗੇ ਭਾਅ ਜੀ ਨੇ ਤਾਂ ਕਰਤਾ ਚੱਕ ਤੇ ਫੱਟੇ ਨਾਲ ਹੀ ਕਰਾਂਗੇ ਭਾਅ ਜੀ ਕਰੋ ਕਮੈਂਟਰੀ ਯਾਰ खान पीन फूड ब्लॉगर ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਆ ਕੱਲ੍ਹ ਮੈਂ ਕਿਹੜੀ ਗੱਲ ਕਰਨ ਦਿਆ ਸੀਗਾ ਕੱਲ੍ਹ ਤੋਂ ਮੈਨੂੰ ਬਹੁਤ ਗਾਲਾਂ ਪਈਆਂ ਮੈਂ ਨਾ ਫੋਟੋ ਭੇਜੀ ਉੱਥੋਂ ਵਾਲਾਂ ਦੀ ਅਤੇ ਮੈਨੂੰ ਉੱਥੇ ਹੀ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਜਦੋਂ ਮੈਂ ਘਰ ਆਇਆ ਫਿਰ ਤਾਂ ਚੰਗੀ ਰੇਲ ਬਣੀ ਮੇਰੀ ਮੈਂ ਤਾਂ ਮਾੜੇ ਮਾੜੇ ਪਵਾਏ ਸੀਗੇ ਉਹ ਪੈ ਗਏ ਜ਼ਿਆਦਾ ਥੋੜ੍ਹੇ ਜਿਹੇ ਉੱਦਾਂ ਤਾਂ ਚਲੋ ਮੇਰੇ ਪਹਿਲਾਂ ਵੀ ਵਾਲ ਇੱਦਾਂ ਦੇ ਸੀਗੇ ਇੰਨਾ ਪਤਾ ਨਹੀਂ ਲੱਗਦਾ ਉੱਦਾਂ ਕਿਉਂਕਿ ਮੇਰੇ ਵਾਲ ਕੁੰਡਰਾਂ ਵਾਲੇ ਹੀ ਆ ਉੱਦਾਂ ਵੀ ਉੱਦਾਂ ਜਦੋਂ ਬਾਹਰ ਕਿਤੇ ਜਾਣਾ ਪੈਂਦਾ ਸੀ ਪੰਗਾ ਇਹ ਸੀਗਾ ਉਹ ਕੈਪ ਪਾਉਣੀ ਪੈਂਦੀ ਸੀਗੀ ਕਾਹਲੀ ਕਾਹਲੀ 'ਚ ਫਿਰ ਵਾਲ ਸੈੱਟ ਸੁੱਟ ਕਰਨ ਦੇ ਚੱਕਰ 'ਚ ਮੈਂ ਕੈਪ ਆ ਕੇ ਦੌੜ ਜਾਂਦਾ ਨਾ ਹੀ ਹੁਣ ਸੁੱਤੇ ਉੱਠੀਦਾ ਦੋ ਦਿਨ ਹੋ ਗਏ ਆ ਮੈਨੂੰ ਇਹ ਕਿਰਾਇਆ ਨੂੰ ਸੁੱਤੇ ਉੱਠੀਦਾ ਕੋਈ ਸਿਰ 'ਚ ਕੰਘੀ ਨਹੀਂ ਮਾਰਨੀ ਪੈਣੀ ਕੁਝ ਨਹੀਂ ਕਰਨਾ ਪੈਂਦਾ ਬਸ ਇੱਦਾਂ ਹੀ ਤੁਰ ਪਈਦਾ ਜਿੱਦਨ ਮੂੰਹ ਧੋ ਜਿੱਦਨ ਨਾਓ ਧੋ ਜਿੱਦਨ ਮਰਜ਼ੀ ਤੁਰ ਪਵੋ ਗੱਡੀ ਜਿਹੜੀ ਆ ਨਾ ਉਹ ਅਸੀਂ ਅੱਜ ਵੇਖ ਰਹੇ ਹਾਂ ਉਹ ਵੀ ਕਿਉਂਕਿ ਇਹ ਇੱਕ ਦਿਨ ਪਹਿਲਾਂ ਦੀ ਵੀਡੀਓ ਸ਼ੂਟ ਕੀਤੀ ਹੋਈ ਆ ਅਤੇ ਗੱਡੀ ਦੂਜੀ ਜਿਹੜੀਆਂ ਮੈਂ ਹੈਗਾ ਉਹ ਜਿਹੜੀ ਆਪਾਂ ਗ੍ਰੈਂਡ ਵਿਟਾਰਾ ਦੇਖੀ ਆ ਨਾ ਉਹਦੇ ਨਾਲੋਂ ਵੀ ਚਾਰ ਰਾਤੀਆਂ ਉੱਪਰ ਦੀ ਆ ਗੱਡੀ ਉਹਦੀ ਬਿਲਡ ਕੁਆਲਿਟੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਬਹੁਤ ਜ਼ਿਆਦਾ ਵਧੀਆ ਉਹਦਾ ਜਿਹੜਾ ਕਲਰ ਵਾ ਨਾ ਉਹਨਾਂ ਨੇ ਪਤਾ ਨਹੀਂ ਕੀ ਪਾਤਾ ਤਾਂ ਉਹਦੀ ਸ਼ਾਈਨ ਬਹੁਤ ਆ ਗੱਡੀ ਦੀ ਅਤੇ ਉਹ ਕਰ ਲੂ ਤੁਹਾਨੂੰ ਉਹ ਵੀਡੀਓ ਵੇਖਣ ਨੂੰ ਮਿਲੂਗੀ ਬਹੁਤ 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 ਜ਼ਿਆਦਾ ਸੋਹਣੀ ਗੱਡੀ ਆ ਪਹਿਲਾਂ ਦੇਖੀ ਸੀ ਆਪਾਂ ਟਾਟਾ ਪੰਚ ਉਹ ਵੀ ਮੈਨੂੰ ਬਹੁਤ ਵਧੀਆ ਲੱਗੀ ਫਿਰ ਉੱਥੋਂ ਬਾਅਦ ਗ੍ਰੈਂਡ ਵਿਟਾਰਾ ਵੇਖੀ ਜਿਹੜੀ ਹੁਣ ਅੱਜ ਦੇਖ ਕੇ ਆਇਆ ਨਾ ਉਹ ਵੀ ਗੱਡੀ ਸਿਰ ਹੀ ਯਾਰ ਤਾਂ ਚੜ੍ਹਦੀ ਤਾਂ ਚੜ੍ਹਦੀ ਗੱਡੀਆਂ ਆ ਹੁਣ ਮੈਨੂੰ ਇਹ ਕਨਫਿਊਜ਼ਨ ਹੋ ਗਈ ਆ ਵੀ ਇੱਕ ਲੈਣੀ ਸੀ ਆਪਾਂ ਥੱਲੇ ਛੋਟੀ ਜਿਹੜੇ ਹੁੰਦੀ ਸਿਟੀ 'ਚ ਘੁੰਮਣ ਲਈ ਜਾਂ ਆਪਣੀ ਵਾਈਫ ਲਈ ਲੈਣੀ ਸੀਗੀ ਅਤੇ ਹੁਣ ਮੈਂ ਭੰਬਲ ਭੂਸੇ 'ਚ ਪੈ ਗਿਆ ਹਾਂ ਇੱਕ ਲੈਣੀ ਆ ਮੇਨ ਆਉਣ ਜਾਣ ਲਈ ਫੈਮਿਲੀ ਦੀ ਇੱਕ ਵੱਡੀ ਇੱਕ ਛੋਟੀ ਇੱਦਾਂ ਕੁਛ ਕਰਨਾ ਸੀਗਾ ਹੁਣ ਉਹ ਚੱਕਰ 'ਚ ਪਿਆ ਹਾਂ ਵੱਡੀ ਗੱਡੀ ਲਈ ਜਾਵੇ ਜਾਂ ਛੋਟੀ ਗੱਡੀ ਲਈ ਜਾਵੇ ਉਹ ਪੈਸਿਆਂ ਦਾ ਵੀ ਦੇਖਣਾ ਪੈਣਾ ਹਿਸਾਬ ਕਿਤਾਬ ਜਿਹਾ ਜਿਹੜਾ ਹੈਗਾ ਬਜਟ ਉਹ ਵੀ ਫਿਰ ਦੇਖਣਾ ਪੈਣਾ ਮੈਨੂੰ ਕੀ ਹਿਸਾਬ ਕਿਤਾਬ ਆ ਜਾਂ ਬਜਟ ਤੋਂ ਬਾਹਰ ਵੀ ਨਹੀਂ ਆਪਾਂ ਹੋ ਸਕਦੇ ਅਤੇ ਬਾਕੀ ਗੱਲ ਜਿਹੜੀ ਕਿੰਨੇ ਦਿਨਾਂ ਦੀ ਸੀਗੀ ਆਪਣੀ ਟੂਣੇ ਦੀ ਉਹ ਵੀ ਮੈਂ ਅੱਜ ਕਲੀਅਰ ਕਰ ਹੀ ਦਿੰਦਾ ਹਾਂ ਉਹ ਇੱਦਾਂ ਸੀਗੀ ਜਿਨ੍ਹਾਂ ਨੇ ਟੂਣਾ ਕਰਾਇਆ ਜਾਂ ਜਿਹੜੇ ਕਰਦੇ ਸੀਗੇ ਪਹਿਲਾਂ ਦੇ ਉਹ ਜਿੱਥੇ ਜਾਂਦੇ ਸੀਗੇ ਨਾ ਉੱਥੇ ਆਪਣੇ ਸੁੱਖ ਨਾਲ ਸਬਸਕ੍ਰਾਈਬਰ ਵੀ ਜਾਂਦੇ ਸੀਗੇ ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਭਾਅ ਜੀ ਇੱਦਾਂ ਇੱਦਾਂ ਨਾ ਤੁਹਾਡੇ ਬੰਦੇ ਇੱਥੇ ਆਉਂਦੇ ਆ ਅਤੇ ਫਿਰ ਮੈਂ ਉਹਨਾਂ ਨੂੰ ਮੈਨੂੰ ਹੋ ਗਏ ਵਾਹਵਾ ਦੇਣੀ ਉਹਨਾਂ ਨਾਲ ਬਾਤਚੀਤ ਕਰਦੇ ਨੇ ਮੈਂ ਕਿਹਾ ਪਤਾ ਤਾਂ ਕਰ ਪੁੱਛ ਤਾਂ ਸਹੀ ਵੀ ਕੀ ਚੱਕਰ ਵਾ ਉਹ ਸਬਸਕ੍ਰਾਈਬਰਾਂ ਨੇ ਮੈਨੂੰ ਦੱਸਿਆ ਵੀ ਭਾਅ ਜੀ ਇੱਦਾਂ ਇੱਦਾਂ ਆ ਉਹ ਵੀ ਉੱਥੇ ਜਾਂਦੇ ਸੀਗੇ ਜਿੱਥੇ ਜਿਹੜੇ ਜਿਨ੍ਹਾਂ ਨੇ ਸਾਡੇ 'ਤੇ ਕੀਤਾ ਉੱਥੇ ਜਾਂਦੇ ਸੀਗੇ ਅਤੇ ਉਹ ਕੀਤਾ ਵੀ ਚੰਗਾ ਤਸੱਲੀ ਨਾਲ ਕੰਮ ਪੈਸੇ ਪੂਏ ਲਾ ਕੇ ਵੀ ਕੰਮ ਇਹਨਾਂ ਦਾ ਠੱਪ ਹੀ ਹੋ ਜਾਵੇ ਉਹਨਾਂ ਕੋਲ ਉਹਨਾਂ ਨੇ ਇੱਦਾਂ ਦੀਆਂ ਚੀਜ਼ਾਂ ਵੀ ਕਰਾਈਆਂ ਬੰਦੇ ਨੂੰ ਬੱਸ 'ਚ ਕਰਨ ਵਾਲੀਆਂ ਚੀਜ਼ਾਂ ਹੁਣ ਕਈਆਂ ਨੇ ਕਹਿਣਾ ਵਹਿਮ ਭਰਮ ਪਾਉਂਦਾ ਵਹਿਮ ਭਰਮ ਨਹੀਂ ਆ ਮਤਲਬ ਇਹ ਚੀਜ਼ਾਂ ਇਫੈਕਟ ਕਰਦੀਆਂ ਆ ਮਤਲਬ ਇਹਨਾਂ ਨੇ ਨਾ ਸਰੀਰ ਨੂੰ ਕੋਈ ਨਾ ਕੋਈ ਉਹ ਐਵੇਂ ਸਿਰ ਦੁਖੀ ਜਾਣਾ ਜਾਂ ਕੰਮ 'ਚ ਜੀ ਨਹੀਂ ਲੱਗਣਾ ਜਾਂ ਲੜ ਪੈਣਾ ਇਹਦੇ ਲਈ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਤੰਗ ਕਰਨਾ ਹੁੰਦਾ ਆ ਮਤਲਬ ਬੰਦੇ ਨੂੰ ਬਹਾਨਾ ਬਣਾਉਣਾ ਹੁੰਦਾ ਉਹ ਚੀਜ਼ਾਂ ਹੁੰਦੀਆਂ ਆ ਕਈਆਂ ਨੂੰ ਨਹੀਂ ਸਮਝ ਲੱਗਣੀ ਇਹ ਸਿਸਟਮ ਸੀਗਾ ਮੈਂ ਹੁਣ ਜ਼ਿਆਦਾ ਕਲੀਅਰ ਵਿੱਚ ਗੱਲ ਨਹੀਂ ਕਹਿਣੀ ਉਹ ਬੰਦੇ ਨੇ ਦੱਸ ਦਿੱਤਾ ਆਪਾਂ ਨੂੰ ਸਾਰਾ ਹਿਸਾਬ ਕਿਤਾਬ ਵੀ ਉਹਨੇ ਆਪਣੇ ਜਿਹੜੇ ਉਹਦੇ ਬੰਦੇ ਆ ਉਹਨਾਂ ਨੂੰ ਵੀ ਬੱਸ 'ਚ ਕੀਤਾ ਸਿਸਟਮ ਵੀ ਸਾਰੀ ਜਿਹੜੀ ਉਹਦੇ ਘਰ ਦੇ ਮੈਂਬਰ ਆ ਨਾ ਉਹ ਵੀ ਉਹਦੀ ਗੱਲ ਨਹੀਂ ਮੰਨਦੇ ਉਹਨੇ ਆਪਣੇ ਘਰਦਿਆਂ 'ਤੇ ਵੀ ਕੀਤਾ ਆ ਕਹਿ ਲਓ ਆਪਣੀ ਫੈਮਿਲੀ 'ਤੇ ਕੀਤਾ ਆਪਣੇ ਕੀ ਕਹਾਂ ਮੈਂ ਹੁਣ ਫਿਰ ਜ਼ਿਆਦੀਆਂ ਡੂੰਘੀਆਂ ਗੱਲਾਂ ਹੁੰਦੀਆਂ ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਆ ਮਤਲਬ ਆਪਣੀ ਫੈਮਿਲੀ 'ਤੇ ਵੀ ਉਹਨੇ ਕੀਤਾ ਵੀ ਬਸ ਸਾਰੀ ਮੇਰੀ ਗੱਲ ਨਹੀਂ ਮੰਨਣ ਬਸ ਜੋ ਮੈਂ ਕਹਾਂ ਉਹ ਹੀ ਹੋਵੇ ਅਤੇ ਕੋਈ ਲਾਲ ਕੱਪੜਿਆਂ ਦਾ ਹਿਸਾਬ ਕਿਤਾਬ ਆ ਵੀ ਉਹ ਲਾਲ ਕੱਪੜਿਆਂ ਦਾ ਵੀ ਸਿਸਟਮ ਦੱਸਿਆ ਉਹਨਾਂ ਨੇ ਵੀ ਜਿਹੜੇ ਕਰਦੇ ਆ ਉਹ ਪ੍ਰੋਟੈਕਸ਼ਨ ਵੀ ਕਰਦੇ ਨਾ ਆਪਣੀ ਵੀ ਸਾਡੇ 'ਤੇ ਵਾਪਸ ਨਾ ਆ ਜਾਵੇ ਤਾਂ ਕਰਕੇ ਲਾਲ ਕੱਪੜਿਆਂ ਦਾ ਕੋਈ ਸਿਸਟਮ ਆ ਕੋਈ ਹੈਗੀ ਆ ਗੇਮ ਹੈਗੀ ਆ ਆਹ ਸੀਗਾ ਸਾਰਾ ਹਿਸਾਬ ਕਿਤਾਬ ਹੁਣ ਜ਼ਿਆਦੀਆਂ ਗੱਲਾਂ ਆਪਾਂ ਕਲੀਅਰ ਨਹੀਂ ਕਰਨੀਆਂ ਜ਼ਿਆਦੀਆਂ ਡੂੰਘੀਆਂ ਵਿਚਾਰਾਂ ਵਿੱਚ ਆਪਾਂ ਨਹੀਂ ਪੈਣਾ ਅਤੇ ਹੁਣ ਆਪਾਂ ਕੱਲ੍ਹ ਨੂੰ ਮਿਲਾਂਗੇ
एक सरप्राइज तैयार हो चुका आ, गलत अपन पैनिया जिहड़ियां पै गईयां आलणे दे करके, ते इह तां मैं उद्दां ही मैं मैनूं माड़ा जिहा मैं कहा देखां सही, मेरा इन्ना पता नहीं लगता मैनूं क्योंकि मेरे शुरू तो ही छोटे होंदे ते कुंडल बहुत हुंदे सी मेरे, इन्ना नहीं मेरे हिसाब किताब जी सही आ, हजे उहनां ने माड़े जिहे सैट करने आ वो हो जाने ओके रिपोर्ट। तो गड्डी दी कल वीडियो आऊगी मित्रों, गड्डी ट्रेंडिंग वाली, ट्रेंडिंग वाली गड्डी आ, मैं क्या अत गड्डी आ, चंगा विषय कल मिलते हैं, एक सरप्राइज फोन आ, बस सारा सारा कुछ हो गया है, भंगड़े पैन वाला ही एक दो दिन तक, ओके फिर बाय बाय, कल मिलते हैं, बाय बाय।